ਸਾਰੀਆਂ ਸਾਂਝੀਆਂ ਕਰਾਂਗੇ ਬਾਕੀ ਜਿਹੜਾ ਭਰਾ ਮੇਰਾ ਕਮੈਂਟ ਕਰਦਾ ਨਾ ਆਪਣਾ ਨਾਂ ਲਾਜ਼ਮੀ ਲਿਖਦਾ ਕਰੇ ਨਾਲ ਚਲੋ ਆਪਾਂ ਨਾਂ ਲੈ ਕੇ ਭਰਾ ਦੀ ਵੀਡੀਓ ਬਣਾਵਾਂਗੇ ਹੈ ਨਾ ਬਾਕੀ ਕੌਫੀ ਵਾਲੇ ਜਿਹੜੇ ਬੰਦੇ ਨਾ ਕੌਫੀ ਵਾਲੇ ਵਾਟੇ ਮੁਸ਼ਕੀ ਰਣਕ ਤੇ ਸਪੀਕਰ ਬਹੁਤ ਜ਼ਰੂਰੀ ਬਾਲ ਸਾਹਿਬ ਉਹਨਾਂ ਦਾ ਫੇਵਰੇਟ ਜਿਹੜਾ ਪਲੇਅਰ ਆ ਨਾ ਭਾਜੀ ਉਹ ਆ ਸਾਧਵਾ ਜੱਟ ਅੱਛਾ ਭਾਈ ਆ ਪੂਰਾ ਯਾਰ ਭਾਈ ਵੱਡਾ ਇਨਸਾਨ ਆ ਭਾਜੀ ਗੇਮ ਆ ਇੱਕ ਸਾਈਡ ਤੇ ਆ ਗੇਮ ਵੀ ਬਹੁਤ ਭਰਾਈ ਤਗੜੀ ਆ ਕਿੱਦਾਂ ਮੇਰੇ ਸਾਰੇ ਭਰਾ ਠੀਕ ਠਾਕ ਆ ਉਮੀਦ ਕਰਦਾ ਸਾਰੇ ਠੀਕ ਹੋਣਗੇ ਆ ਗਏ ਹਾਂ ਜੀ ਆਪਾਂ ਫਿਰ ਜੁੜ ਗਏ ਤੁਹਾਡੇ ਨਾਲ ਨਵੀਂ ਵੀਡੀਓ ਨਾਲ ਅੱਲਾ ਪਾਕ ਮੇਰੇ ਸਾਰੇ ਭਰਾਵਾਂ ਨੂੰ ਸਲਾਮਤ ਰੱਖੇ ਮੇਰੇ ਪਰਦੇਸੀ ਭਰਾ ਨੇ ਬਾਹਰ ਯੂਰਪ 'ਚ ਬੈਠੇ ਆ ਸਾਊਦੀਆ ਦੁਬਈ ਅਮੈਰੀਕਾ ਇੰਗਲੈਂਡ ਆਸਟ੍ਰੇਲੀਆ ਆਪਣਾ ਭਰਾ ਬੈਠਾ ਛੋਟਾ ਸੈਪਰਸ ਬੈਠਾ ਆਪਣਾ ਛੋਟਾ ਵੀਰਾ ਉਹ ਵੀ ਜੀ ਆਪਣਾ ਸ਼ਾਹ ਸਾਹਿਬ ਨੇ ਸਰਗਾਮ ਸ਼ਾਹ ਆਪਣਾ ਦੂਆ ਬਾਈ ਉਮਰ ਹਜ਼ਾਤ ਅਤੇ ਬਹਿਰੀਨ ਉੱਥੇ ਭਰਾ ਆਪਣਾ ਅਤੇ ਨਾਲ ਆਪਣਾ ਛੋਟਾ ਵੀਰਾ ਸ਼ਾਹ ਦੇ ਬਾਜਵਾ ਬਾਕੀ ਜਿੰਨੇ ਵੀ ਪ੍ਰੇਮੀ ਆ ਕਬੱਡੀ ਦੇ ਜਾਂ ਸਾਡੇ ਭਰਾ ਲਵਰ ਨੇ ਅਤੇ ਨਵੀਂ ਵੀਡੀਓ ਨਾਲ ਜੁੜੇ ਤੁਹਾਡੇ ਨਾਲ ਅਤੇ ਬਾਈ ਹੁਣਾਂ ਨੇ ਦੱਸਿਆ ਵੀ 1K ਲੱਗ ਗਿਆ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਭਰਾਵਾਂ ਦਾ ਯਾਰ ਚਲੋ ਇਨਸ਼ਾਅੱਲਾ ਗੱਲਾਂ ਸਾਰੀਆਂ ਸਾਂਝੀਆਂ ਕਰਾਂਗੇ ਬਾਕੀ ਜਿਹੜਾ ਭਰਾ ਮੇਰਾ ਕਮੈਂਟ ਕਰਦਾ ਨਾ ਆਪਣਾ ਨਾਂ ਲਾਜ਼ਮੀ ਲਿਖਦਾ ਕਰੇ ਨਾਲ ਚਲੋ ਆਪਾਂ ਨਾਂ ਲੈ ਕੇ ਭਰਾ ਦੀ ਵੀਡੀਓ ਬਣਾਵਾਂਗੇ ਹੈ ਨਾ ਰਾਜੇ ਦੇ ਫਾਇਦੇ ਵੀ ਦੱਸੋ ਇਹਦੇ ਸਾਰੇ ਹੀ ਫਾਇਦੇ ਆ ਫਾਇਦੇ ਹੀ ਫਾਇਦੇ ਇਸ ਪਾੜਿਆਂ ਦੇ ਨੁਕਸਾਨ ਹੀ ਕੋਈ ਨਹੀਂ ਭਾਈ ਮੈਂ ਕਿਹਾ ਕੰਮ ਆਹ ਹੀ ਔਖਾ ਆ ਅੱਛਾ ਜੀ ਅਤੇ ਮੈਚ ਪਹਿਲਾਂ ਟਾਈਮ ਦੇਖੋ ਕੀ ਹੋਇਆ 6:08 ਹੋ ਗਿਆ ਪਹਿਲਾਂ 4 ਵਜੇ ਲੱਗੇ 4 ਵਜੇ ਦੇ ਕਿੰਨੀ ਗਰਮੀ ਹੁਣ ਠੰਡੇ ਪੱਖੇ ਨਾਲ ਉੱਠ ਕੇ ਆ ਗਏ ਹਾਂ ਆਉਂਦੇ ਕੈਮਰਾ ਔਨ ਕਰ ਲਿਆ ਮੈਚਾਂ ਵਾਲਾ ਕੰਮ ਬਹੁਤ ਸੌਖਾ ਜੀ ਅੱਛਾ ਜੀ ਮੈਨੂੰ ਗੱਡੀ 'ਚ ਬਹਿਦਾ ਚਾਰਜ ਕਰਦੇ ਏਸੀ ਫੁੱਲ ਤੇਜ਼ ਕਰਦੇ ਸਕੂਨ ਨਾਲ ਜਾਈਦਾ ਸਕੂਨ ਘਰੇ ਆ ਜਾਈਦਾ ਹੈ ਆਹ ਕੰਮ ਬਹੁਤ ਔਖਾ ਲੇਕਿਨ ਗੱਡੀਆਂ 'ਚ ਬਹਿਣ ਵਾਸਤੇ ਆਹ ਕੰਮ ਤਾਂ ਕਰਨਾ ਪੈਣਾ ਕਿ ਨਹੀਂ ਇਹੀ ਤਾਂ ਕਰਨ ਡਿਆ ਜੋ ਜੰਮੇ ਭਾਈ ਇਹ ਕਰਾਂਗੇ ਤਾਂ ਕੁਛ ਬਣਾਂਗੇ ਕੀ ਕਹਿੰਦੇ ਬਿਲਕੁਲ ਬਾਕੀ ਕੌਡੀ ਵਾਲੇ ਜਿਹੜੇ ਬੰਦੇ ਨਾ ਕੌਡੀ ਵਾਲੇ ਸਪਾਟੇ ਕੁਸ਼ਤੀ ਰਣਕ ਅਤੇ ਸਪੀਟਾ ਬਹੁਤ ਜ਼ਰੂਰੀ ਹੈ ਜਿੱਦਾਂ ਮੱਛੀ ਨੂੰ ਪਾਣੀ ਜ਼ਰੂਰੀ ਆ ਨਾ ਮੱਛੀ ਪਾਣੀ 'ਚ ਹੋਵੇ ਤਾਂ ਸਕੂਨ 'ਚ ਰਹਿੰਦੀ ਆ ਜ਼ਿੰਦਾ ਰਹਿੰਦੀ ਆ ਬਾਹਰ ਆਏ ਤਾਂ ਮਰ ਜਾਂਦੀ ਆ ਇੱਦਾਂ ਕੌਡੀ ਵਾਲਿਆਂ ਨੂੰ ਕੁਸ਼ਤੀ ਸਪਾਟੇ ਸਪ੍ਰਿੰਟਾਂ ਰਣਕ ਸਟਿਚਿੰਗ
ਬਹੁਤ ਜ਼ਰੂਰੀ ਆ। ਅਤੇ ਕਿੰਨੀ ਕਿੰਨੀ ਕਰਨੀ ਚਾਹੀਦੀ ਹੈ? ਜਿੰਨੀ ਕਿਸੇ ਦੀ ਪਹੁੰਚ ਆ, ਜਿੰਨਾ ਸਟੈਮਿਨਾ ਹੈ ਕਿਸੇ ਦਾ, ਵਧਾਓ ਰੋਜ਼। ਪਰ ਇੱਕ ਗੱਲ ਆ, ਜਿਹੜੀ ਤੁਸੀਂ ਮਿਹਨਤ ਅੱਜ ਕਰਨੀ ਹੈ ਨਾ, ਕੱਲ੍ਹ ਨੂੰ ਭਾਵਾਂ ਦੇ ਨਾਲ ਨਾ ਇੱਕ ਸੂਤਰ ਵਧਾਓ, ਪਰ ਵਧਾਓ ਕੱਲ੍ਹ ਨੂੰ ਉਦੋਂ ਉਹ ਰਾਹ ਵਧਾ ਦਿਓ ਭਾਵਾਂ ਵਾਲ ਬਰਾਬਰ, ਪਰ ਕੱਲ੍ਹ ਨੂੰ ਜ਼ਿਆਦਾ ਕਰਨੀ, ਅੱਜ ਨਹੀਂ ਕਰਨੀ, ਕੱਲ੍ਹ ਕੱਲ੍ਹ ਜ਼ਿਆਦਾ ਕਰਨੀ। ਰੈਸਟ ਨੂੰ ਦਿਲ ਕਰਦਾ ਇੱਥੇ ਆ ਕੇ ਬਹਿ ਜਾਓ ਕੱਛਾ ਪਾ ਕੇ, ਜਦੋਂ ਬੰਦੇ ਦੇਖਦੇ ਨਾ ਕਰਦੇ, ਅੰਦਰ ਦਾ ਕੀੜਾ ਉੱਠ ਹੀ ਪੈਣਾ। ਦਿਲ ਕਰ ਹੀ ਪੈਣਾ, ਰੈਸਟ ਕਰਨੀ ਚਾਹੀਦੀ ਆ, ਜ਼ਰੂਰੀ ਆ ਰੈਸਟ ਵੀ। ਨਹੀਂ ਰੈਸਟ ਨਾ ਬੰਦਾ ਕਰੇ ਤਾਂ ਨੁਕਸਾਨ ਤਾਂ ਨਹੀਂ ਕੋਈ? ਕੋਈ ਨੁਕਸਾਨ ਨਹੀਂ। ਕਈ ਬੰਦੇ ਕਹਿੰਦੇ ਜ਼ਰੂਰੀ ਬੜੀ ਆ ਰੈਸਟ, ਤਾਂ ਲਾਜ਼ਮੀ ਹੋਣੀ ਚਾਹੀਦੀ, ਰੈਸਟ ਹੋਣੀ ਚਾਹੀਦੀ ਆ। ਜੇ ਆਪ ਲੈ ਲਓ ਵੀ ਅਸੀਂ ਜਿੰਮੇਵਾਰੀ ਰੈਸਟ ਕਰਦੇ ਹਾਂ, ਰੈਸਟ ਸਾਡੀ ਜਿੰਮੇਵਾਰ ਇਹੀ ਹੁੰਦੀ ਵੀ ਤੇਲ ਮਲੀ ਦਾ ਆ, ਮਾਲਿਸ਼ ਕਰਕੇ ਅਤੇ ਜਿਹਨੇ ਟਰਨ ਕਰ ਜਾਣਾ ਉਹਨੇ ਵਾਕ ਕਰਕੇ ਆ ਜੀਦਾ, ਆ ਕੇ ਸਟਿਚਿੰਗ ਕਰ ਲਈ ਭਰਾ ਕਰ ਜਾਂਦੀ, ਇਹ ਰੈਸਟ ਜ਼ਰੂਰੀ ਆ। ਗਰਾਊਂਡ ਨੂੰ ਟਾਈਮ ਦੇਣਾ 2 ਘੰਟੇ, ਬਹੁਤ ਬਹੁਤ ਜ਼ਰੂਰੀ ਟਾਈਮ ਆ ਗਰਾਊਂਡ ਨੂੰ ਭਾਈ। ਤੁਸੀਂ ਗਰਾਊਂਡ ਨੂੰ ਟਾਈਮ ਦਿਓਗੇ, ਕੱਲ੍ਹ ਨੂੰ ਗਰਾਊਂਡ ਤੁਹਾਨੂੰ ਟਾਈਮ ਜ਼ਰੂਰ ਦਊਗਾ। ਮਿਹਨਤ ਜਿਹੜੀ ਆ ਕਿਰਨ ਡਿਆ ਪਸੀਨਾ ਭਾਈ ਜ਼ਮੀਨ 'ਤੇ, ਇਕੱਲੇ ਇਕੱਲੇ ਕਤਰੇ ਦਾ ਹਿਸਾਬ ਹੋਣਾ ਭਾਅ ਜੀ, ਕਿੰਨੀ ਤਕਲੀਫ ਨਾਲ ਨਿਕਲਿਆ ਅੰਦਰੋਂ ਇਹ, ਹੈ ਨਾ? ਅਤੇ ਅੱਲਾ ਪਾਕ ਨੇ ਫਿਸਲਾ ਦੇਣਾ ਹੀ ਇਹਦਾ, ਸਾਡੇ ਸਾਹਮਣੇ ਕਿੰਨੀ ਗਰਮੀ ਆ, ਪੱਤਾ ਨਹੀਂ ਹਿੱਲਣ ਡਿਆ ਹਵਾ ਨਾਲ, ਪਰ ਲੱਗੇ ਹਾਂ ਕੀੜਾ ਨਾ ਬਹਿਣ ਨਹੀਂ ਦਿੱਤਾ ਹੈ ਕਿ ਨਹੀਂ? ਹਾਂ ਚੱਲ ਭਾਈ ਮਾਰ ਪਾਟੇ। ਵਾਰੀ ਆ ਵੀ ਲੱਗਦਾ ਹੁਣ ਚਲੋ। ਬਾਕੀ ਕਬੱਡੀ ਪ੍ਰੇਮੀਆਂ ਨੂੰ, ਕਬੱਡੀ ਪਲੇਅਰਾਂ ਨੂੰ ਮੇਰੇ ਵੱਲੋਂ ਪੈਗਾਮ ਆ, ਜਿਹੜੇ ਬੰਦੇ ਡਾਇਟ ਖਾ ਸਕਦੇ ਆ, ਪਸਲੀ ਭਾਰ ਚੱਕਦੀ ਆ ਭਰਾਵਾਂ ਦੀ, ਉਹ ਬਦਾਮ ਜ਼ਰੂਰ ਪੀਆ ਕਰਨ, ਠੀਕ ਆ ਨਾ? ਬਦਾਮ ਰਗੜ ਕੇ ਪੀਆ ਕਰੋ, ਸਾਰਿਆਂ ਨੂੰ ਪਤਾ ਹੀ ਹੋਣਾ ਵਾ, ਜਾਂ ਵੀਡੀਓ ਲੱਭ ਹੀ ਜਾਂਦੀ ਯੂਟਿਊਬ 'ਤੇ ਕਿੱਦਾਂ ਘੁੱਟਣੇ ਕਿੱਦਾਂ ਪੀਣੇ ਆ, ਭਲਵਾਨਾਂ ਵਾਲੀ ਖੁਰਾਕ ਖਾਇਆ ਕਰੋ ਸਾਰੇ ਭਰਾ ਮੇਰੇ, ਅਤੇ ਬਦਾਮ ਬਹੁਤ ਜ਼ਰੂਰੀ ਆ, ਇਹਦੇ ਨਾਲ ਜਿਸਮ ਦੀਆਂ ਕੱਸਾਂ ਕੁੱਸਾਂ ਬਹੁਤ ਬਣਦੀਆਂ, ਘਾਟ ਵੱਧ ਬਦਾਮਾਂ ਨਾਲ ਬਹੁਤ ਪੂਰੀ ਹੁੰਦੀ ਆ। ਇੰਨਾ ਕੁ ਪਰਿੰਦਾ ਹੁੰਦਾ ਕਬੂਤਰ, 12 ਘੰਟੇ ਉੱਡ ਕੇ ਆਵੇ ਨਾ, ਅਤੇ ਜਦੋਂ ਸ਼ਿਕਾਰੀ ਪਾਣੀ ਪੂਣੀ ਪੂਰਾ ਕਰਕੇ ਉਹਨੂੰ ਬਦਾਮ ਦਿੰਦੇ ਨਾ ਭਾਅ ਜੀ, ਥੱਲੋਂ ਸਾਹ ਕਾਲਾ ਹੋਇਆ ਨਾ ਸੜ ਜਾਂਦਾ ਥੱਲੜਾ ਹੀ ਸਾਰਾ, ਜੇ ਉਹਨੂੰ ਬਦਾਮ ਦਿੰਦੇ ਨਾ ਉਹ ਘੰਟੇ 'ਚ ਲਾਲ ਸੁਬਾਹ ਹੋ ਜਾਂਦਾ, ਦਿਮਾਗ ਬਹੁਤ ਤੇਜ਼ ਹੁੰਦਾ ਬੰਦੇ ਦਾ ਬਦਾਮਾਂ ਨਾਲ, ਅਤੇ ਉਹਨਾਂ ਬੰਦਿਆਂ ਵਾਸਤੇ ਜਿਹੜੇ ਪੀ ਸਕਦੇ ਆ। ਬਾਕੀ ਖੁਰਾਕ ਤਾਂ ਬਹੁਤ ਜ਼ਿਆਦਾ ਆ ਜਿਹੜੀ ਬੰਦੇ ਨਹੀਂ ਹੱਥ ਸਾਡੇ ਪਹੁੰਚ ਦਿੰਦੇ, ਅਸੀਂ ਜਿੱਦਾਂ ਗੋਸ਼ਤ ਆ, ਰੂਟੀਨ ਨਾਲ ਬੰਦਾ ਕੀਮਾ ਖਾਵੇ, ਰੂਟੀਨ ਨਾਲ ਸ਼ੇਕ ਪੀਵੇ ਫਰੈਸ਼ ਬਣਾ ਕੇ, ਜਿਹੜੇ ਪਲੇਅਰ ਆ ਕੰਮ ਕੋਈ ਵੀ ਰੂਟੀਨ ਨਾਲ, ਮੈਂ ਵਾਰ ਵਾਰ ਇਹੀ ਗੱਲ ਕਰਨਾ ਕਿ ਕੰਮ ਜਿਹੜਾ ਵੀ ਕਰਨਾ ਰੂਟੀਨ ਨਾਲ ਕਰਨਾ, ਰੂਟੀਨ ਤੋਂ ਬਗੈਰ ਕੋਈ ਹੱਲ ਨਹੀਂ, ਕੋਈ ਕੰਮ ਨਹੀਂ ਸਿੱਧਾ ਹੋਣਾ ਰੂਟੀਨ ਤੋਂ ਬਗੈਰ, ਰੂਟੀਨ ਹੋਣੀ ਚਾਹੀਦੀ ਆ ਹਰ ਭਲਵਾਨ ਦੀ, ਮਿਹਨਤ ਕਰਨ ਦੀ, ਖੁਰਾਕ ਖਾਣ ਦੀ, ਨਮਾਜ਼ ਪੜ੍ਹਨ ਦੀ, ਅੱਲਾ ਪਾਕ ਨੂੰ ਰਾਜ਼ੀ ਕਰਨ ਦੀ, ਠੀਕ ਆ ਜੀ? ਦੂਜੀ ਗੱਲ ਆ ਮਿਹਨਤ 2 ਟਾਈਮ, ਸੁਬਾਹ ਅਜ਼ਾਨ ਟਾਈਮ ਮਿਹਨਤ ਕਰੋ, ਤਹੱਜਦ ਪੜ੍ਹੋ, ਤਹੱਜਦ ਪੜ੍ਹ ਕੇ ਮਿਹਨਤ ਕਰੋ, ਵਾਲੇਕੁਮ ਸਲਾਮ, ਤਹੱਜਦ ਪੜ੍ਹ ਕੇ ਮਿਹਨਤ ਕਰੋ ਆਪਣੀ, ਮਿਹਨਤ ਕਰਕੇ ਆਪਣੀ ਆ ਕੇ ਡਾਇਟ ਖਾਓ, ਰੈਸਟ ਕਰੋ, ਘਰ ਦਾ ਕੰਮ ਕਾਰ ਉਹ ਵੀ ਕਰਨਾ ਜ਼ਰੂਰੀ ਆ, ਨਾਲ ਨਾਲ ਕਰਨੇ ਚਾਹੀਦੇ ਆ। ਜਿਹੜੇ ਬੰਦੇ ਭਰਾ ਕਹਿੰਦੇ ਵੀ ਆਪਾਂ ਕਬੱਡੀ ਵੀ ਖੇਡਦੇ ਨਾਲ, ਭਾਅ ਜੀ ਘਰ ਤੁਹਾਡਾ ਵੀ ਕਰੀਦਾ, ਕੋਈ ਦਿਹਾੜੀ ਦਫਾ ਵੀ ਕਰੀਦਾ, ਬਹੁਤ ਚੰਗੀ ਗੱਲ ਆ ਭਰਾ, ਕੰਮ ਉਹੀ ਤੁਹਾਡਾ ਹੋਣਾ ਸਿੱਧਾ ਜਿਹਦਾ ਜ਼ਿਹਨ ਬਣਿਆ ਹੋਵੇ, ਜਿਹੜਾ ਟਾਰਗੇਟ ਬਣਿਆ ਹੋਵੇ, ਟਾਰਗੇਟ ਤੋਂ ਬਗੈਰ ਕੋਈ ਕੰਮ ਨਹੀਂ ਹੁੰਦੇ। ਆਪਾਂ ਦਿਹਾੜੀਆਂ ਕੀਤੀਆਂ, ਜਿਉਂ ਜੰਮੇ ਆ, ਬਹੁਤ ਮਿਹਨਤ ਕੀਤੀ ਆ, ਮੈਂ ਦੱਸਿਆ ਵੀ ਸੀ ਅੱਗੇ ਵੀ ਇੰਟਰਵਿਊਆਂ ਦੇ ਵਿੱਚ, ਜਦੋਂ ਮਿਸਤਰੀਆਂ ਮਗਰ ਵੀ ਬਹੁਤ ਦੇਰ ਰਹੇ ਹਾਂ, ਦਿਹਾੜੀ ਕੱਢ ਰਹੇ ਹਾਂ, ਉਸ ਤੋਂ ਬਾਅਦ ਮਿੱਲਾਂ 'ਚ ਵੀ ਰਹੇ ਹਾਂ, ਠੀਕ ਆ ਜੀ? ਮਤਲਬ ਮਿਹਨਤ ਆਪਣੀ ਕੀਤੀ ਆ, ਮੰਗ ਕੇ ਨਹੀਂ ਖਾਧਾ ਵੀਰੇ, ਹੈ ਨਾ? ਅੱਜ ਤੱਕ ਸਿਫਾਰਿਸ਼ ਨਹੀਂ ਪਵਾਈ ਕਿਸੇ ਕੰਮ ਦੀ, ਮਤਲਬ ਕਬੱਡੀ ਦੁਨੀਆ 'ਚ ਕਬੱਡੀ ਖੇਡਿਆ ਨਾ, ਤਰਲਾ ਮਾਰ ਕੇ ਨਹੀਂ ਖੇਡੇ ਬਾਈ, ਜੇ ਪੱਟਾਂ 'ਚ ਜ਼ੋਰ ਹੋਇਆ ਤਾਂ ਮੁੜ ਖੇਡੇ ਹਾਂ, ਜੇ ਪੱਟਾਂ 'ਚ ਜ਼ੋਰ ਨਹੀਂ ਤਾਂ ਭਰਾਵਾ ਘਰੇ ਬੈਠੇ ਹੈ ਨਾ, ਕੀੜਾ ਮਰ ਜਾਂਦਾ ਅੰਦਰੋਂ ਬੰਦੇ ਦਾ,
ਤੇ ਜਿਹੜੇ ਭਰਾ ਕਹਿੰਦੇ ਨਾ ਸਾਨੂੰ ਮੈਚ ਨਹੀਂ ਲੱਭਦੇ ਉਹ ਮਿਹਨਤ ਕਰ ਲਓ, ਅੱਲਾ ਪਾਕ ਨੇ ਦੇਣੇ ਮੈਚ ਅਤੇ ਅੱਲਾ ਪਾਕ ਨੇ ਲੱਭ ਕੇ ਦੇਣੇ ਮੈਚ, ਬੰਦੇ 'ਤੇ ਕੋਈ ਕੁਛ ਵੀ ਨਹੀਂ ਹੱਥ ਵੱਸ ਹੈਗਾ ਹੈ ਨਾ। ਜੇ ਅਸੀਂ ਖੇਡਣ ਲੱਗੇ ਨਾ ਅਤੇ ਆ ਭਲਵਾਨ ਖੇਡਦਾ ਆਪਣਾ ਛੋਟਾ ਕਵਰ ਗਰਾਊਂਡ 'ਚ ਖੜ੍ਹਾ, ਇਹਨੂੰ ਪੁੱਛ ਲਓ ਅੱਜ ਤੱਕ ਇਹਨੂੰ ਇਹਨੇ ਕਿਹਾ ਵੀ ਯਾਰ ਮੈਨੂੰ ਵੀ ਮੈਚ ਖਿਡਵਾ ਆਪਣੇ ਨਾਲ ਜਾਂ ਮੈਨੂੰ ਲੈ ਕੇ ਜਾ ਆਪਣੇ ਨਾਲ ਵੀ ਮੈਂ ਵੀ ਤੇਰੇ ਨਾਲ ਚਲੋ ਚੱਲ ਪਊਂਗਾ। ਨਹੀਂ, ਇਹਨਾਂ ਨੂੰ ਇਹੀ ਗੱਲ ਕਹੀ ਆ ਮਿਹਨਤ ਤੁਸੀਂ ਆਪਣੀ ਕਰਨੀ ਮੈਂ ਆਪਣੀ ਕਰਨੀ ਆ, ਮੈਨੂੰ ਆਪਣੀ ਮਿਹਨਤ ਦਾ ਫਲ ਲੱਭਣਾ ਤੁਹਾਨੂੰ ਆਪਣੀ ਦਾ ਲੱਭਣਾ, ਜੇ ਮੇਰੇ ਪੱਟਾਂ ਜ਼ੋਰ ਹੋਇਆ ਮੈਂ ਦੁਬਾਰਾ ਫਿਰ ਖੇਡਣ ਲੱਗੂਗਾ। ਠੀਕ ਆ ਜੀ, ਸ਼ਿਰਦ ਸਾਰੇ ਖੇਡਦੇ ਆ, ਉਹਨਾਂ ਨੇ ਵੀਹ ਵਾਰੀ ਕਿਹਾ ਉਸਤਾਦ ਜੀ ਸਾਡੇ ਨਾਲ ਚੱਲਿਆ ਕਰੋ, ਪਰ ਨਹੀਂ ਭਾਅ ਜੀ ਨਾਲ ਵੀ ਨਹੀਂ ਕਦੀ ਇਹਨਾਂ ਦੇ ਗਏ। ਆ ਹੁੰਦਾ ਨਾ ਵੀ ਚਲੋ ਮੁੰਡੇ ਆਪਣੇ ਖੇਡਦੇ ਆਪਾਂ ਨਾਲ ਚੱਲਦੇ ਹਾਂ, ਪਰ ਭਾਅ ਜੀ ਨਾਲ ਜਾਣ ਨੂੰ ਵੀ ਦਿਲ ਨਹੀਂ ਕਰਦਾ। ਆਪਾਂ ਖੁਦ ਪਲੇਅਰ ਹਾਂ ਯਾਰ, ਆਪਾਂ ਖੇਡਾਂਗੇ, ਖੇਡਣ ਡੇ ਹਾਂ, ਵਧੀਆ ਚੱਲ ਪਿਆ ਰਿਦਮ ਆਪਣਾ ਹੋ ਗਿਆ ਸਿੱਧਾ ਹੁਣ, ਅਤੇ ਹੁਣ ਖੇਡਾਂਗੇ। ਯੰਗ ਮੁੰਡਿਆਂ ਪਿੱਛੇ ਇਹੀ ਮੇਰੀ ਵਾਰ ਵਾਰ ਗੱਲ ਆ, ਬਾਤ ਕਰੋ ਆਪਣੇ ਮਾਂ ਪਿਓ ਨੂੰ ਖੁਸ਼ ਕਰੋ, ਮਿਹਨਤ ਇੰਨੀ ਕੁ ਕਰ ਦਿਉ ਕਿ ਤੁਹਾਨੂੰ ਇਹ ਯਕੀਨ ਹੋ ਜਾਏ ਕਿ ਸਾਡੀ ਹੁਣ ਮਿਹਨਤ ਸਾਰਿਆਂ ਨੂੰ ਜ਼ਿਆਦਾ ਆ। ਜੇ ਤੁਹਾਨੂੰ ਇਹ ਯਕੀਨ ਹੋਣਾ ਨਾ ਤੁਸੀਂ ਤਗੜੇ ਢੇਰ ਹੋ ਜਾਣਾ ਭਗਵਾਨ ਜੀ, ਤੁਹਾਨੂੰ ਮੈਚ ਹੀ ਤੁਹਾਡੇ ਰਾਹ ਹੀ ਇੰਨੇ ਖੁੱਲ੍ਹਣੇ ਆ ਅਤੇ ਤੁਸੀਂ ਆਪ ਅਗਲੀ ਸੋਚਣ ਲੱਗ ਪੈਣਾ। ਕਿਸੇ ਇੱਜ਼ਤ ਕਰੋ ਸੀਨੀਅਰ ਪਲੇਅਰ ਦੀ ਜਿੰਨੀ ਹੁੰਦੀ ਆ, ਦਿਲੋਂ ਕਰੋ, ਉਸਤਾਦਾਂ ਦੀ ਕਦਰ ਕਰੋ, ਠੀਕ ਆ। ਅਤੇ ਬਾਕੀ ਜਿਹੜੇ ਮੇਰੇ ਭਰਾ ਕਹਿੰਦੇ ਨਾ ਵੀ ਸਾਨੂੰ ਮੈਚ ਖਿਡਾਓ, ਜੇ ਕਰੋ ਵੋ ਕਰੋ, ਕੋਈ ਨਹੀਂ ਕਿਸੇ ਨੂੰ ਖਿਡਾਉਂਦਾ, ਤੁਹਾਡੇ ਪੱਟਾਂ ਜ਼ੋਰ ਹੈ ਤੁਹਾਨੂੰ ਘਰੋਂ ਚੱਕ ਕੇ ਲੈ ਜਾਣਗੇ, ਮਹਿਕ ਮੇਲੇ ਵੀ ਜਾਣਗੇ, ਕਬੱਡੀ ਕੋਚ ਵੀ ਲਿਜਾਣਗੇ, ਕਬੱਡੀ ਪ੍ਰੇਮੀ ਵੀ ਲਿਜਾਣਗੇ, ਫਿਰ ਹੀ ਲੋਕ ਸੈਲਫੀਆਂ ਬਣਾਉਣਗੇ ਤੁਹਾਡੇ ਨਾਲ। ਪੱਟਾਂ 'ਚ ਦਮ ਨਹੀਂ ਨਾ ਭਰਾ, ਅਤੇ ਫਿਰ ਗਿਲੇ ਹੀ ਲੈ ਜਾਂਦੇ ਬੰਦੇ ਨੂੰ, ਫਿਰ ਜਿੰਨੇ ਮਰਜ਼ੀ ਕਰੀ ਜਾਓ। ਅਤੇ ਬੰਦਾ ਇਹੀ ਕਹਿੰਦਾ ਯਾਰ ਫਲਾਨਾ ਨਹੀਂ ਚੰਗਾ, ਫਲਾਨਾ ਨਹੀਂ ਚੰਗਾ, ਪਰ ਤੁਸੀਂ ਆਪਣੇ ਆਪ 'ਤੇ ਗਿਲਾ ਕਰਿਆ ਕਰੋ ਵੀ ਮੈਂ ਕਿੰਨੇ ਕੁ ਪਾਣੀ 'ਚਾਂ, ਮੈਂ ਕਿੰਨੇ ਕੁ ਜੋਗਾ, ਕਿੰਨੀ ਕੁ ਮਿਹਨਤ ਕੀਤੀ ਆ, ਮੈਂ ਪਿੱਛੇ ਗਿਆ ਆਪਣੀ ਵਜ੍ਹਾ ਨਾਲ ਗਿਆ, ਬਹਿਣ ਲੱਗਾ ਮੇਰੀ ਆਪਣੀ ਵਜ੍ਹਾ ਨਾਲ ਲੱਗਾ, ਮੈਂ ਵੀ ਕਿਸੇ 'ਤੇ ਗਿਲਾ ਕਰਾਂ ਕੋਈ, ਕਿਉਂ ਜੀ ਜੋ ਵੀ ਹੋਇਆ ਮੇਰੀ ਆਪਣੀ ਵਜ੍ਹਾ ਨਾਲ ਹੋਇਆ ਵੀਰੇ, ਮੇਰੇ 'ਚ ਗਲਤੀਆਂ ਸੀਗੀਆਂ, ਬਰਹਾਲ ਜ਼ਿੰਦਗੀ ਦਾ ਹਿੱਸਾ ਸੀ ਉਹ, ਕੋਸ਼ਿਸ਼ ਕਰਨ ਡੇ ਕਵਰ ਕਰਨ ਦੀ, ਦੁਬਾਰਾ ਗਰਾਊਂਡਾਂ 'ਚ ਆਵਾਂਗੇ। ਉਹ ਵਕਤ ਲੰਘ ਗਿਆ, ਹੁਣ ਲੋਕਾਂ ਦੀ ਕਿਉਂਕਿ ਹੁਣ ਡਿੱਗੇ ਹੋਏ ਅੱਗੇ ਆਉਣਾ, ਹੁਣ ਨਿਗਾਹ 'ਚ ਹੋਵਾਂਗੇ ਇਨ ਸ਼ਾਅੱਲਾ, ਅਤੇ ਆਵਾਂਗੇ ਵੀ ਜ਼ਰੂਰ, ਅੱਲਾ ਦੇ ਬੁਰਾ ਮਿਹਨਤ ਕਰਨ ਡੇ ਹਾਂ। ਬਾਕੀ ਭਰਾਵਾਂ ਦੀਆਂ ਦੁਆਵਾਂ ਨੇ ਚੱਲਣਾ ਸਭ ਕੁਛ, ਆਪਾਂ ਕੁਛ ਵੀ ਨਹੀਂ ਵੀਰੇ ਇਕੱਲੇ, ਮਾਂ ਪਿਓ ਦੀਆਂ, ਭੈਣਾਂ ਭਰਾਵਾਂ ਦੀਆਂ, ਸਾਦਾਂ ਦੀਆਂ ਦੁਆਵਾਂ ਨਾਲ ਹੀ ਆਪਾਂ ਨੈਕਸਟ ਫਿਰ ਗਰਾਊਂਡਾਂ ਜਾਵਾਂਗੇ। ਅਤੇ ਬਾਕੀ ਥੈਂਕ ਯੂ, ਦੁਆ ਕਰਿਓ ਮੇਰੇ ਭਰਾ ਦੇ ਸਪੋਰਟ ਕਰ ਦਿਓ, ਥੈਂਕ ਯੂ। ਅਤੇ ਬਾਕੀ ਇਸ ਵੀਡੀਓ ਥੱਲੇ ਜਿਹੜੇ ਭਰਾ ਕਮੈਂਟ ਕਰਦੇ ਆ ਜਾਂ ਕਰਨਗੇ, ਮੇਰਾ ਭਰਾ ਆਪਣਾ ਨਾਂ ਲਾਜ਼ਮੀ ਲਿਖਿਓ, ਜਿਹੜੀ ਵੀ ਗੱਲਬਾਤ ਪੁੱਛਣੀ ਹੋਈ ਜ਼ਰੂਰ ਦੱਸਾਂਗੇ ਅਗਲੀ ਵੀਡੀਓ 'ਚ ਇਨਸ਼ਾਅੱਲਾ। ਅਤੇ ਮੈਨੂੰ ਵੀ ਇੱਦਾਂ ਮਤਲਬ ਨੈਕਸਟ ਵੀਡੀਓ ਕਰਦੇ ਆ ਭਰਾ ਸ਼ਰਮ ਆਉਂਦੀ ਆ। ਅਤੇ ਬਾਕੀ ਜਿਹੜਾ ਭਰਾ ਮੇਰਾ ਕਮੈਂਟ ਕਰਦਾ ਨਾ, ਉਹ ਆਪਣਾ ਨਾਂ ਲਾਜ਼ਮੀ ਸ਼ੇਅਰ ਕਰਿਓ, ਅਤੇ ਇਨਸ਼ਾਅੱਲਾ ਹਰ ਤਰ੍ਹਾਂ ਦੀ ਵੀਡੀਓ ਮਿਲੇਗੀ ਗਰਾਊਂਡ ਦੇ ਵਿੱਚ ਵੀ, ਬਾਕੀ ਮੈਚਾਂ ਮੁੱਚਾਂ ਦੀ ਵੀ ਅੱਗੇ ਪਿੱਛੇ ਜੋ ਵੀ ਆ, ਹੁਣ ਆਪਾਂ ਵਧੀਆ ਮਿਹਨਤ ਮੁਹਨਤ ਲਾ ਕੇ ਸੈੱਟ ਹੋ ਗਏ ਹਾਂ, ਅੱਲਾ ਪਾਕ ਖੈਰ ਸੁੱਖ ਰੱਖੇ। ਅਤੇ ਬਾਕੀ ਜਿਹੜਾ ਭਰਾ ਮੇਰਾ ਕਮੈਂਟ ਕਰਦਾ ਨਾ, ਉਹ ਆਪਣਾ ਨਾਂ ਜ਼ਰੂਰ ਥੱਲੇ ਦੱਸ ਦਿਆ ਕਰੋ। ਅੱਛਾ, ਬੰਦੇ ਇੱਕ ਦਾ ਕਮੈਂਟ ਸੀ ਕਿ ਤੁਹਾਡੇ ਵਾਲਦ ਸਾਹਿਬ ਦਾ ਜਿਹੜਾ ਬੈਸਟ ਪਲੇਅਰ ਕਿਹੜਾ ਵਾ ਕਬੱਡੀ ਦੇ ਵਿੱਚ, ਉਹ ਜ਼ਰੂਰ ਦੱਸਿਓ ਸਾਨੂੰ। ਅੱਛਾ, ਅੱਬੂ ਜੀ ਹੁਣਾਂ ਦਾ? ਹਾਂਜੀ ਹਾਂਜੀ ਭਾਅ ਜੀ, ਮੈਂ ਉਹ ਦੱਸਦਾ ਸੱਚ, ਬਾਲ ਸਾਹਿਬ ਉਹਨਾਂ ਦਾ ਫੇਵਰੇਟ ਜਿਹੜਾ ਪਲੇਅਰ ਆ ਨਾ ਭਾਅ ਜੀ, ਉਹ ਆ ਸਾਧਲਾ ਜੱਟ। ਅੱਛਾ ਭਾਈ ਆ ਪੂਰਾ ਯਾਰ, ਬਾਈ ਵੱਡਾ ਇਨਸਾਨ ਆ ਭਾਅ ਜੀ, ਗੇਮ ਆ ਇੱਕ ਸਾਈਡ 'ਤੇ, ਗੇਮ ਵੀ ਬਹੁਤ ਭਰਾ ਤਗੜੀ ਆ। ਉਹਨਾਂ ਦਾ ਛੋਟਾ ਵੀਰ ਆ ਭਾਲੂ ਜੱਟ, ਆਪਣਾ ਵੀਰ ਆ ਛੋਟਾ, ਬਹੁਤ ਪਿਆਰਾ ਜਿਹਾ ਭਰਾ ਆ। ਅਤੇ ਮੇਰੇ ਵਾਲ ਸਾਹਿਬ ਉਹਨਾਂ ਦਾ ਫੇਵਰੇਟ ਜਿਹੜਾ ਕਬੱਡੀ ਪਲੇਅਰ ਆ ਨਾ ਭਾਈ, ਸਾਧਲਾ ਜੱਟ ਆ। ਉਹਨਾਂ ਨੂੰ ਬਹੁਤ ਲਾਈਕ ਕਰਦਾ, ਡੇਲੀ ਉਹਦੀ ਗੱਲ ਕਰਨੀ ਮੇਰੇ ਕੋਲ, ਹਾਂ ਸਾਧਲਾ ਦਾ ਕੀ ਹਾਲ ਆ, ਕਿੱਦਾਂ ਠੀਕ ਆ, ਕਰਦਾ ਮਿਹਨਤ ਕਿ ਛੱਡ ਗਿਆ ਕਬੱਡੀ, ਮੈਂ ਨਹੀਂ ਖੇਡਦਾ। ਉਹਨਾਂ ਨੂੰ ਉਹਦੀ ਗੇਮ ਬਹੁਤ ਲਾਈਕ ਕਰਦੇ, ਉਹਦੇ ਸਟਾਈਲ ਬਹੁਤ ਵਧੀਆ ਭਾਅ ਜੀ।
ਨਹਿਰੀ ਪਾਣੀ ਬਣ ਗਿਆ ਨਹਿਰੀ ਪਾਣੀ